सच विराजे गुरु सवारियो गुरु सत्कारियो गुरु संगत जीओ आओ सब तो पहला दास दी हाजरी अते अपनी हाजरी गुरु के चरणों में दर प्रवान कराइए जी। फतेह दी सांझ गाज वज के फतेह दा जवाब फतेह विच देना कोई रसना मांझी ना रह जाए। वाहिगुरु जी का खालसा वाहिगुरु जी की फतेह। मेरे तो पहला मेरे वड्डे वीर जी बहुत ही सच्चे ढंग नाल आप जी नाल गौर इतिहास ते सिख इतिहास दी सांझ पा के गए ने। बड़ी खुशी हुई मन नू चा आनंद ते खेड़ा आया कैस नगर विखे हर साल ही बंदी छोड़ दिवस नू समर्पित अते माता साहिब कौर नू समर्पित ये दीवान सजाए जाते हैं। सो सुभागा हाँ कि गुरु चरणा विच ते गुरु संगत दी चरणा दे विच जिन्ना भी सवा प्राप्त होया है सफला है। धन्यवाद। सो समा बहुता या थोड़े दी गल नहीं है, गल है गुरु दे जस दी। की पता गुरु कृपा करदे इस समय दे विच एक वार एक शब्द जिहड़ा है ऐसा उच्चारण आवे ऐसा हिरदे दे विच वसे। एक शब्द मेरे प्राण बस्त है बहर जन्म ना हो। सो धन्यवाद। सब तो पहला सारिया संगतां नू दास वल्लों बंदी छोड़ दिवस दी कोटान कोट बधाई होवे। पर इस बधाई दे पात्र गुरु प्यारो ओही बन सकते ने जेड़े गुरु दे चरणां विच निवास करते ने। बधाइयां दिंदियां वी जांदे असीं लई भी जाने हैं पर बधाई नूं माणदे कुछ लोग ने। बंदी छोड़ लबक धन धन साहिब श्री गुरु हरगोबिंद साहिब जी नाल जिहड़ा है वह संबंधित है। एक साखी हर साल असीं स्टेजां तों बोलदे हैं ते सुणदे हैं कि धन धन साहिब श्री गुरु हरगोबिंद साहिब जी ने अज दे दिन ग्वालियर दे किले दे विच्चों गोविंदियां राजियां नूं बंदी तो मुक्त कराया। मेरे जहन च इस साखी नूं लैके कुछ गल्लां जिहड़ियां ने ओह मानसिकता ते उगरदियां ने। गुरु सवारियो जहांगीर उस समय हिंदुस्तान दा महाराजा है ते हिंदुस्तान च होर भी कई जेलां सन। उन्हां जेलां विच होर भी कई कैदी सन पर गुरु सवारियो सारे नहीं छुट्टे। सारिआं दी बंद खलासी नहीं होई, सिर्फ किन्हां दी बंद खलासी होई, जिन्हां दी बंद खलासी धन धन साहिब श्री गुरु हरगोबिंद साहिब जी ने करवाई। असीं साखी तो सारे भली भांत जाणू हां बवंजा राजे सन। गुरु साहिब जी दे चोले दीआं कणियां जां पल्ले फड़ के ਉਹ 52 ਰਾਜਿਆਂ ਦੀ ਬੰਦ ਖਲਾਸੀ ਹੁੰਦੀ ਹੈ। ਇਸ ਸਾਖੀ ਨੂੰ ਸੁਣ ਕੇ ਅਸੀਂ ਇੱਥੇ ਹੀ ਸਮਾਪਤ ਨਾ ਕਰ ਦਈਏ ਗੁਰੂ ਸਵਾਰਿਓ। ਇਸ ਤੋਂ ਗੱਲ ਸਿੱਧੀ ਸਪਸ਼ਟ ਹੁੰਦੀ ਹੈ ਕਿ ਉਹਨਾਂ ਮਨੁੱਖਾਂ ਦੀ ਬੰਦ ਖਲਾਸੀ ਹੁੰਦੀ ਹੈ ਜਿਹੜੇ ਗੁਰੂ ਕਾ ਪੱਲਾ ਫੜਦੇ ਨੇ ਅੱਜ ਵੀ। ਸੋ ਵਧਾਈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਕਾ ਪੱਲਾ ਫੜਿਆ। ਬੰਦ ਖਲਾਸੀ ਅੱਜ ਵੀ ਮੇਰਾ ਸਤਿਗੁਰ ਕਰਦਾ ਹੈ। ਵਿਕਾਰਾਂ ਤੋਂ ਬੰਦ ਖਲਾਸੀ ਹੁੰਦੀ ਹੈ, ਦੁੱਖਾਂ ਦਲਿੱਦਰਾਂ ਕਸ਼ਟਾਂ ਤੋਂ ਬੰਦ ਖਲਾਸੀ ਹੁੰਦੀ ਹੈ, ਬਿਮਾਰੀਆਂ ਤੋਂ ਬੰਦ ਖਲਾਸੀ ਹੁੰਦੀ ਹੈ, ਪਰ ਹੁੰਦੀ ਉਹਨਾਂ ਦੀ ਹੈ ਜਿਹੜੇ ਗੁਰੂ ਦੇ ਪੱਲੇ ਨੂੰ ਫੜਦੇ। ਇੱਕ ਬੜੀ ਭਾਵਪੂਰਨ ਘਟਨਾ ਆਪ ਜੀ ਨਾਲ ਸਾਂਝੀ ਕਰਾਂ। ਇੱਕ ਕਾਜ਼ੀ ਜਿਸ ਦੇ ਕੁਛ ਚੇਲੇ ਉਸ ਨੂੰ ਪੁੱਛਦੇ ਨੇ, ਕਹਿੰਦੇ ਨੇ ਗੁਰੂ ਜੀ ਕੋਈ ਐਸਾ ਗਿਆਨ ਦੋ ਜਿਸ ਦੇ ਨਾਲ ਅਸੀਂ ਪਰਮਾਤਮਾ ਦੇ ਵਿੱਚ ਇੱਕਮਿਕ ਹੋ ਸਕੀਏ। ਕਾਫੀ ਸਿਆਣਾ ਸੀ ਕਾਜ਼ੀ। ਉਹ ਕਹਿੰਦਾ ਇਸ ਤਰ੍ਹਾਂ ਕਰਦੇ ਆਪਾਂ ਮੱਕੇ ਦਾ ਹੱਜ ਕਰਨ ਚੱਲਦੇ ਹਾਂ ਤੇ ਸਾਨੂੰ ਉੱਥੋਂ ਹੀ ਕੋਈ ਐਸਾ ਗਿਆਨ ਸ਼ਾਇਦ ਮਿਲ ਜਾਵੇ। ਮੱਕੇ ਵਾਸਤੇ ਜਾਣ ਵਾਸਤੇ ਤੁਸੀਂ ਇੱਕ ਕੰਮ ਕਰੋ, ਇੱਕ ਖੱਚਰ ਲੈ ਕੇ ਆਓ। ਖੱਚਰ ਲਿਆਂਦੀ ਜਾਂਦੀ ਹੈ, ਉਹ ਕਾਜ਼ੀ ਖੱਚਰ ਉੱਤੇ ਆਪਣਾ ਮੂੰਹ ਪੁੱਠਾ ਕਰਕੇ ਬੈਠ ਜਾਂਦਾ ਹੈ ਤੇ ਕਹਿੰਦਾ ਹੁਣ ਆਪਾਂ ਸਫ਼ਰ ਤੈਅ ਕਰੀਏ।
ਪਹਿਲਾ ਪਿੰਡ ਆਉਂਦਾ ਹੈ, ਕੁਛ ਲੋਕ ਇਕੱਠੇ ਹੁੰਦੇ ਨੇ, ਪੁੱਛਦੇ ਨੇ ਕਿ ਇਹ ਇੰਨਾ ਪਹੁੰਚਿਆ ਕਾਜ਼ੀ ਹੈ ਪਰ ਖੱਚਰ ਤੇ ਪੁੱਠਾ ਕਿਉਂ ਬੈਠਾ ਹੈ। ਉਸਦੇ ਚੇਲਿਆਂ ਨੂੰ ਪੁੱਛਿਆ ਜਾਂਦਾ, ਕਹਿੰਦੇ ਪਤਾ ਨੀ ਇਹਨਾਂ ਦੀ ਰਮਜ ਹੈ। ਅਗਾਂਹ ਪਿੰਡ ਵਧਦੇ ਨੇ, ਕੁਛ ਲੋਕ ਫਿਰ ਆਉਂਦੇ ਨੇ, ਫਿਰ ਉਹੀ ਪ੍ਰਸ਼ਨ, ਭਾਵ ਕਿ ਤਿੰਨ ਚਾਰ ਪਿੰਡ ਜਦੋਂ ਲੰਘਦੇ ਨੇ ਹਰ ਮਨੁੱਖ ਤੋਂ ਇਹੀ ਪ੍ਰਸ਼ਨ ਦੀ ਜਦੋਂ ਆਸ ਹੁੰਦੀ ਹੈ, ਹਾਰ ਕੇ ਉਹ ਚੇਲੇ ਹੱਥ ਜੋੜ ਕੇ ਕਾਜ਼ੀ ਨੂੰ ਪੁੱਛਦੇ ਨੇ, ਗੁਰੂ ਜੀ ਅਸੀਂ ਗੁਸਥਾਖੀ ਕਰ ਰਹੇ ਹਾਂ ਤੁਹਾਨੂੰ ਪ੍ਰਸ਼ਨ ਕਰਕੇ, ਪਰ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਖੱਚਰ ਤੇ ਸਿੱਧਾ ਕਿਉਂ ਨਹੀਂ ਬੈਠੇ, ਪਿੱਛੇ ਨੂੰ ਮੂੰਹ ਕਰਕੇ ਕਿਉਂ ਬੈਠੇ ਹੋ। ਉਹ ਕਹਿੰਦਾ ਇਹੀ ਗਿਆਨ ਹੈ, ਅੱਲਾ ਤਾਲਾ ਦੇ ਵਿੱਚ ਇੱਕ ਮਿਕ ਹੋਣ ਵਾਸਤੇ ਇਹੀ ਗਿਆਨ ਹੈ। ਉਹ ਕਹਿੰਦੇ ਜੀ ਗੁਰੂ ਜੀ ਅਸੀਂ ਸਮਝੇ ਨੀ। ਕਹਿੰਦੇ ਗਿਆਨ ਇਹ ਹੈ ਕਿ ਜੇ ਮੈਂ ਅਗਾਂਹ ਨੂੰ ਮੂੰਹ ਕਰਕੇ ਬੈਠਾਂਗਾ ਤੇ ਮੇਰੀ ਪਿੱਠ ਤੁਹਾਡੇ ਵੱਲ ਹੋ ਜਾਏਗੀ, ਗੁਰੂ ਦੀ ਪਿੱਠ ਚੇਲਿਆਂ ਵੱਲ ਹੋ ਜਾਏਗੀ ਤੇ ਚੇਲਾ ਮੋਕਸ਼ ਨੂੰ ਪ੍ਰਾਪਤ ਨਹੀਂ ਹੋਏਗਾ। ਤੇ ਜੇ ਤੁਸੀਂ ਖੱਚਰ ਦੇ ਅੱਗੇ ਚੱਲੋਗੇ ਤੇ ਤੁਹਾਡੀ ਪਿੱਠ ਮੇਰੇ ਵੱਲ ਹੋ ਜਾਏਗੀ, ਤਾਂ ਵੀ ਗੁਰੂ ਤੇ ਚੇਲੇ ਦਾ ਜਿਹੜਾ ਰਾਬਤਾ ਉਹ ਬਰਾਬਰ ਨਹੀਂ ਬਣੇਗਾ। ਗੁਰੂ ਸਵਾਰਿਓ ਇਹ ਸੀ ਉਹਨਾਂ ਦੀ ਗੱਲ ਕਿ ਨਾ ਚੇਲੇ ਦੀ ਪਿੱਠ ਆਪਣੇ ਗੁਰੂ ਵੱਲ ਹੋਵੇ ਤੇ ਨਾ ਗੁਰੂ ਦੀ ਪਿੱਠ ਹੋਵੇ। ਪਰ ਅਸੀਂ ਕਿੰਨੇ ਕਰਮਾਂ ਵਾਲੇ ਹਾਂ ਕਿ ਸਾਨੂੰ ਸ਼ਬਦ ਗੁਰੂ ਦੇ ਨਾਲ ਗੁਰੂ ਸਾਹਿਬ ਲਾ ਕੇ ਗਏ ਨੇ, ਜਿਸ ਗੁਰੂ ਦੀ ਆਪਣੇ ਸਿੱਖ ਵੱਲ ਕਦੀ ਪਿੱਠ ਹੁੰਦੀ ਹੀ ਨਹੀਂ। ਉਹ ਸਿੱਖਾ ਵੇਖੀ ਕਿਤੇ ਤੂੰ ਆਪਣੇ ਗੁਰੂ ਵੱਲ ਪਿੱਠ ਨਾ ਕਰ। ਸਦ ਬਖਸ਼ੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ, ਹਮੇਸ਼ਾ ਬਖਸ਼ਣ ਵਾਲਾ ਹੈ, ਹਮੇਸ਼ਾ ਕਿਰਪਾਲੂ ਹੈ, ਦਿਆਲੂ ਹੈ। ਅਸੀਂ ਇੰਨੇ ਕਰਮਾਂ ਵਾਲੇ ਹਾਂ। ਸੋ ਬੰਦੀ ਛੋੜ ਦਿਵਸ ਦੀ ਵਧਾਈ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਿਹੜੇ ਗੁਰੂ ਦੇ ਲੜ ਲੱਗੇ ਨੇ, ਤੇ ਨਾਲ ਉਹਨਾਂ ਨੂੰ ਵੀ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਲੜ ਲਾ ਲੈਣਗੇ। ਦੂਸਰੀ ਬੇਨਤੀ ਮਾਤਾ ਸਾਹਿਬ ਕੌਰ ਜੀ ਨੂੰ ਸਮਰਪਿਤ ਇਹ ਸਮਾਗਮ। ਮੇਰੇ ਮਨ ਦੇ ਜ਼ਹਿਨ ਚ ਇੱਕ ਗੱਲ ਆ ਰਹੀ ਸੀ ਕਿ ਇੱਕ ਦਿਨ ਹੀ ਕਿਉਂ ਮਾਤਾ ਸਾਹਿਬ ਕੌਰ ਨੂੰ ਸਮਰਪਿਤ ਕਰੀਏ ਜਾਂ ਤਿੰਨ ਦਿਨ ਹੀ ਕਿਉਂ ਕਰੀਏ। ਗੁਰੂ ਕੇ ਸਿੱਖਾ ਇਹ ਮਨ ਬਣਾ ਕਿ ਮੈਂ ਆਪਣਾ ਜੀਵਨ ਹੀ ਮਾਤਾ ਸਾਹਿਬ ਕੌਰ ਦੇ ਚਰਨਾਂ ਦੇ ਵਿੱਚ ਸਮਰਪਿਤ ਕਰ ਦਿਓ। ਤੋ ਸਮਰਪਿਤ ਤਾਂ ਹੀ ਹੋਏਗਾ ਨਾ ਜਦੋਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਮਾਤਾ ਸਾਹਿਬ ਕੌਰ ਨੂੰ ਆਪਣੀ ਮਾਤਾ ਬਣਾਵਾਂਗੇ। ਸੋ ਐਸਾ ਗੁਰ ਲੱਭਣ ਤੇ ਵੀ ਸਾਰੀ ਦੁਨੀਆ ਦੇ ਵਿੱਚ ਨਹੀਂ ਲੱਭੇਗਾ। ਸਾਰੀ ਦੁਨੀਆ ਦੇ ਵਿੱਚ ਮੂਲ ਧਰਮ ਅੱਠ ਨੇ, ਚਾਰ ਵਿਦੇਸ਼ਾਂ ਵਿੱਚ, ਮਿਡਲ ਈਸਟ ਵਿੱਚ ਤੇ ਚਾਰ ਐਸ ਹਿੰਦੁਸਤਾਨ ਦੇ ਵਿੱਚ, ਸਿੱਖ, ਹਿੰਦੂ, ਜੈਨ ਅਤੇ ਬੋਧੀ, ਇਸਲਾਮ, ਈਸਾਈ, ਪਾਰਸੀ ਅਤੇ ਯਹੂਦੀ। ਪਰ ਧਿਆਨ ਮਾਰ ਗੁਰੂ ਕੇ ਸਿੱਖਾ, ਕਿਤੇ ਨਾ ਕਿਤੇ ਸਾਰੇ ਧਰਮ ਜਿਹੜੇ ਨੇ ਨਾ ਇਹ ਦੀਵੇ ਦੇ ਨਾਲ, ਦੀਵੇ ਦੀ ਬੱਟੀ ਦੇ ਨਾਲ, ਦੀਵੇ ਦੀ ਲੋ ਦੇ ਨਾਲ ਜੁੜੇ ਨੇ। ਮੰਦਰਾਂ ਚ ਚਲੇ ਜਾ ਤੈਨੂੰ ਜੀਵਾ ਜਗਦਾ ਦਿਖੇਗਾ, ਕਿਤੇ ਮੋਮਬੱਤੀਆਂ ਜਗਦੀਆਂ ਦਿਖਣਗੀਆਂ, ਕਿਤੇ ਤੈਨੂੰ ਲੋਕ ਸੂਰਜ ਨਾਲ ਜੋੜਦੇ ਦਿਖਣਗੇ, ਕਿਤੇ ਲੋਕ ਤੈਨੂੰ ਚੰਦ ਨਾਲ ਜੁੜੇ ਦਿਖਣਗੇ। ਜੇ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਦੋ ਵੰਸ਼ ਜਿਹੜੇ ਨੇ ਪ੍ਰਮੁੱਖ ਮੰਨੇ ਜਾਂਦੇ ਨੇ, ਸੂਰਜ ਵੰਸ਼ਮ ਤੇ ਚੰਦਰ ਵੰਸ਼ਮ। ਇਹ ਦੋ ਪਰਿਵਾਰ ਜਿਹੜੇ ਨੇ ਰੋਟੇਟ ਹੁੰਦੇ ਨੇ। ਪਰ ਗੁਰੂ ਕੇ ਸਿੱਖਾ ਗੁਰੂ ਨੇ ਕਿਤੇ ਵੀ ਤੈਨੂੰ ਦੀਵੇ ਦੇ ਨਾਲ ਨਹੀਂ ਜੋੜਿਆ, ਬਾਹਰੀ ਦੀਵੇ ਦੇ ਨਾਲ। ਗੁਰੂ ਨੇ ਕਿਤੇ ਵੀ ਤੈਨੂੰ ਚੰਦ ਦੇ ਨਾਲ ਨਹੀਂ ਜੋੜਿਆ, ਗੁਰੂ ਨੇ ਕਿਤੇ ਵੀ ਤੈਨੂੰ ਸੂਰਜ ਦੇ ਨਾਲ ਨਹੀਂ ਜੋੜਿਆ। ਗੁਰੂ ਨੇ ਜੋੜਿਆ ਹੈ ਕਿ ਤੈਨੂੰ ਉਸ ਨਾਲ ਜੋੜਿਆ ਜਿਸ ਨੇ ਸੂਰਜ ਨੂੰ ਵੀ ਲੋ ਦਿੱਤੀ ਹੈ, ਜਿਸ ਨੂੰ ਚੰਦਰਮੇ ਨੂੰ ਵੀ ਚਾਨਣਾ ਦਿੱਤਾ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਉਸ ਪਰਮਾਤਮਾ ਪਰਮੇਸ਼ਰ ਨਾਲ ਜੋੜਿਆ ਹੈ। ਸੋ ਗੁਰੂ ਕੇ ਸਿੱਖਾ ਬੰਦੀ ਛੋੜ ਤਾਂ ਹੀ ਹੋਏਗੀ ਜੇ ਗੁਰੂ ਕਾ ਪੱਲਾ ਫੜਾਂਗੇ। ਫਿਰ ਐਸਾ ਗੁਰੂ, ਪਰ ਅੰਧੇਰੇ ਵਿੱਚ ਤਾਂ ਦੀਵਾ ਚਾਹੀਦਾ, ਗੁਰੂ ਸਾਹਿਬ ਆਪ ਫਰਮਾਨ ਕਰ ਰਹੇ ਨੇ, ਅੰਧੇਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ। ਬਾਹਰ ਦੇ ਦੀਵੇ ਦਾ ਦ੍ਰਿਸ਼ਟਾਂਤ ਦੇ ਕੇ ਗੁਰੂ ਸਾਹਿਬ ਕਹਿ ਰਹੇ ਨੇ ਉਹ ਭਲਿਆ ਤੂੰ ਆਪਣੇ ਘੱਟ ਦੇ ਅੰਦਰ ਦਾ ਦੀਵਾ ਜਿਹੜਾ ਉਹ ਬਾਲ। ਪਰ ਗੁਰੂ ਸਾਹਿਬ ਜੀ ਮੈਂ ਦੀਵਾ ਬਾਲਾਂ ਕਿੱਥੋਂ, ਦੀਵਾ ਬਲੇ ਦੀਵਿਓ, ਉਹ ਦੀਵਾ ਜਗਦਾ ਕਿੱਥੋਂ ਲਿਆਵਾਂ। ਤੇ ਗੁਰੂ ਸਾਹਿਬ ਕਹਿੰਦੇ ਆ ਮੇਰੇ ਪੁੱਤਰਾ ਮੇਰੇ ਕੋਲ ਬੈਠ, ਗੁਰਦਾਤਾ ਗੁਰਦਾਤਾ ਗੁਰ ਹਿਵੇ ਗੁਰ ਗੁਰ ਦੀਪਕ ਤਹਿ ਲੋਏ,
गुरु ऐसा दीवा है जिहड़ा तिन्ना लोकां ते प्रकाश कर दिंदे ने। ते उसे ही अपने मैं छेवें पातशाह की गल करा तां निशात बाग विच विराजे ने श्रीनगर दे विच, दूसरे शालीमार बाग दे विच जहांगीर दा तंबू है। गुरु दे तंबू दे बार तुहाडे वर्गे गुरसिख आए ने दर्शन मेले करन, ते नूर जहां कहिंदी है पातशाह तू ते दीन दा पातशाह है, दुनी दा पातशाह है, पर ओ सच्चा पातशाह है। उत्थे लैणा लगियां पईयां ने पर साडे वल कोई नहीं आउंदा। मैं देखना चाहनी हां कि की है उस सच्चे पातशाह को कि सारे लोग उधर ही कत्ती जांदे ने। जहांगीर तो इजाजत लैके नूरजहां जांदी है गुरु साहब दे दर्शनां नूं। उस वेले दे इतिहासकार लिखदे ने कि उस समय नूरजहां ने तकरीबन 2 लाख दे गहने उस समय, ते उस दे चोले नूं जिहड़ा उसका चोला इन्ना भारा सी लहंगा जिहदे हीरे ते मोती जड़े सन 22 गोलियां ने फड़िया सी। पूरे साजो समाज दे नाल सज धज के गुरु दे दर्शनां नूं जांदी है, ते जाके नमस्कार करके गुरु साहब नूं एक प्रश्न करदी है, कहिंदी है सच्चे पातशाह मैं किस तरह दी देख रही हूं। ऐसा लोक करन वाला गुरु है साडा। गुरु साहब कहिंदे ने पुत्री ऐसा साच शिगार कर पुत्री तां पाए खुदाए। शिगार तेरा बहुत चंगा है पर किते तू जिन्ना समा अपने शिगार ते लाया है इन्ना ही समा जे तू सच दे शिगार ते लाउंदी, सच दे सिमरन विच लाउंदी, ते शायद तू उस अल्लाह ताला नूं पा जांदी। सो असी ऐसे गुरु दे सिख। गुरु सवारे कोई छोटी घटना नहीं। जे असी देखदे हां उस समय नूरजहां दी जिहड़ी उम्र है ओह 30 साल दे करीब है, ते छेवें पातशाह दी उम्र 28.5 साल। 28.5 साल वाला मनुख 30 साल दी औरत नूं बेटी नाल संबोधित कर रहा है कि मेरे वीरा अज ओ साडे गुरु दे किरदार वाला लाइट ओ रोशनी साडे च है। इसे गल नूं जे असीं प्रमोट करिए तां हरि सिंह नलवा दरियाए खैबर ते जाके चढ़दा है। दरियाए खैबर तो जिन्ने पठान ने भजदे ने भजदे भजदे नासर खान जिहड़ा उत्थे दा किलेदार है उसका सपुत्र गुलफाम खान अते उसकी मंगेतर जिहड़ी उस दे नाल है जिसका नाल है बानो, यह तिने घोड़े ते भजे जा रहे ने। बानो हाथ फड़ के गुलफाम नूं कहिंदी कि मैनूं एक गल ते दस असीं भजे क्यों जा रहे हैं। कहिंदा हरिया आ गया। कहिंदी मैं ते तेरे नाल तां निकाह करना चाहुंदी सी कि तू सारे नालों दलेर है, सारे नालों बहादुर है, पर यह पहला मनुख मैं देखिया जिहदे तों पठान भी डर गए ने। सो मैं ऐसे मनुख दे दर्शन करना चाहूंगी जरूर जिसने पठाणा नूं भजना पातियां। गुरु के सवारियों जिद्दन दा खालसा राज दा झंडा उस दरियाए खैबर ते लगा ना उदन तों दुश्मन दा आउणा बंद हो गया। एक बस वखरा किस्सा है, फिर किते सांझ पावांगे। सो बानो हाथ छड़ा के भजदी है, वह कहिंदा नहीं वक्री कौम का बंदा पता नहीं की सलूक करे तू ना जा। वह कहिंदी मैनूं जान देनी अपनी मंजूर है पर मैं एक बार ऐसे योधे बलकारी दी दर्शन करना चाहनी है जिन्हों देख के जिहदा ना सुन के पठाणा नूं भजना पै गया। मेरे को समा सीमित है, साडे सत्कारयोग सिंह साहब आ चुके हैं, मैं 2 मिनट समाप्ति करूंगा। वह बानो हाथ छुड़ा के हरी सिंह नलवे दे कैंट वाल आउंदी है। जदों अंदर जान लगती है पुछदी है कि जत्थेदार दा जिहड़ा है ओह टेंट किहड़े पासे है, ते दस्सिया जांदा कि उस पासे। जदों अंदर जान लगती है 2 सिंह उस नूं रोकदे ने, पर एक सिंह कहिंदा कोई गल नहीं इह दर्शन करन आई है, कोई पुकार लै के आई होएगी इस नूं दर्शन दी इजाजत दे दित्ती जाए। अंदर जांदी है जदों तंबू दे विच ते हरी सिंह नलवा उस समय रहरा साहिब दा पाठ कर रहा हुंदा है। पाठ करन उपरांत जिस चादर ते उह पाठ करदा है उसनूं जोड़ के रखदा है ते पुछदा है की गल है बेटा तुसीं क्यों इत्थे आउण दी कष्ट कीती। उह कहिंदी तुसीं साडे देश नूं आण के कैप्चर क्यों कीता है। हरी सिंह कहिंदे असीं किसी नूं कैप्चर नहीं कीता, सिर्फ असीं अपने देश नूं सेव कीता। उह इन्ना प्रभावित हुंदी है हरी सिंह नलवे तों, उह बेनती कहिंदी करदी है कहिंदी जथेदार साहिब जी मैं तुहाडे तों कुछ मंगणा चाहुंदी। जहेदार साहब कहिंदे ने दसो बेटा की चाहिए। हुण तक जिहड़ा शब्द है वह बेटा चल रहा है क्योंकि बानो जिहड़ी है हरी सिंह नलवे तो तकरीबन 2 साल छोटी है उस समय।
ਕਹਿੰਦੀ ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖੋਂ ਤੁਹਾਡੇ ਵਰਗਾ ਯੋਧਾ ਮਹਾਬਲੀ ਬੇਟਾ ਪੈਦਾ ਹੋਵੇ। ਹਰੀ ਸਿੰਘ ਕਹਿੰਦਾ ਕਹਿੰਦਾ ਬੇਟਾ ਖੁਦਾ ਦੇ ਘਰ ਚ ਸਭ ਕੁਛ ਹੈ ਤੇ ਤੂੰ ਜਦੋਂ ਨਮਾਜ਼ ਪੜ੍ਹਦੀ ਹੁੰਦੀ ਹੈ ਤੇ ਇਹ ਅਰਦਾਸ ਕਰਿਆ ਕਰ, ਇਹ ਦੁਆ ਕਰਿਆ ਕਰ ਕਿ ਮੇਰੀ ਕੁੱਖ ਤੋਂ ਹਰੀ ਸਿੰਘ ਵਰਗਾ ਉਹਦੇ ਤੋਂ ਵੀ ਵੱਡਾ ਬਲਵਾਨ ਯੋਧਾ ਜਿਹੜਾ ਉਹ ਜਨਮ ਲੈ। ਕਹਿੰਦੇ ਜਹੇਦਾਰ ਜੀ ਤੁਸੀਂ ਸਮਝੇ ਨੀ, ਮੇਰਾ ਹਜੇ ਵਿਆਹ ਨੀ ਹੋਇਆ, ਨਿਕਾਹ ਨੀ ਹੋਇਆ, ਮੈਂ ਹਜੇ ਕੁਆਰੀ ਹਾਂ। ਤੂੰ ਕਹਿੰਦੇ ਕੋਈ ਗੱਲ ਨੀ, ਉਹ ਵੀ ਅੱਲਾਹ ਤਾਲਾ ਬਰਕਤ ਕਰ ਦੇਣਗੇ। ਕਹਿੰਦੇ ਨਹੀਂ ਤੁਸੀਂ ਸਮਝੇ ਨੀ, ਮੈਂ ਤੁਹਾਡੇ ਨਾਲ ਨਿਕਾਹ ਕਰਨਾ ਚਾਹੁੰਦੀ। ਇੰਨੀ ਗੱਲ ਕਰਦੀ ਹੈ, ਹਰੀ ਸਿੰਘ ਨਲਵੇ ਦੀਆਂ ਅੱਖਾਂ ਚ ਜੋਸ਼ ਆਉਂਦਾ ਹੈ, ਮਿਆਨ ਚੋ ਸ੍ਰੀ ਸਾਹਿਬ ਨਿਕਲਦੀ ਹੈ, ਕਹਿੰਦਾ ਬਾਨੋ ਜਾ ਚਲੀ ਜਾ। ਅੱਜ ਤੱਕ ਕਦੀ ਐਸਾ ਨਹੀਂ ਹੋਇਆ ਕਿ ਗੁਰੂ ਦੇ ਸਿੱਖ ਤੋਂ ਇਹ ਕਿਰਪਾਨ ਕਿਸੇ ਔਰਤ ਦੇ ਚੱਲੀ ਹੋਵੇ, ਪਰ ਤੂੰ ਮੇਰੇ ਸਬਰ ਨੂੰ ਪਰਖ ਨਾ ਤੇ ਛੇਤੀ ਤੋਂ ਉੱਥੋਂ ਤੰਬੂ ਤੋਂ ਬਾਹਰ ਚਲੇ ਜਾ। ਬਾਨੋ ਰੋਂਦੀ ਹੋਈ ਆਪਣੀ ਅੱਖਾਂ ਨੂੰ ਪੂੰਜ ਕੇ ਤੰਬੂ ਤੋਂ ਬਾਹਰ ਆਉਂਦੀ ਹੈ ਤੇ ਆਉਂਦੇ ਆਉਂਦੇ ਇੱਕ ਗੱਲ ਕਰਦੀ ਹੈ, ਕਹਿੰਦੀ ਹੈ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਦਰ ਤੋਂ ਅੱਜ ਤੋਂ ਕੋਈ ਖਾਲੀ ਨਹੀਂ ਗਿਆ, ਪਰ ਮੈਂ ਉਹ ਬਦਨਸੀਬ ਔਰਤ ਹਾਂ ਜਿਹੜੀ ਪਹਿਲੀ ਗੁਰੂ ਨਾਨਕ ਦੇ ਦਰ ਤੋਂ ਅੱਜ ਖਾਲੀ ਜਾ ਰਹੀ ਹਾਂ ਤੇ ਸ਼ਾਇਦ ਇਤਿਹਾਸ ਚ ਮੇਰਾ ਨਾਂ ਜਿਹੜਾ ਨਾ ਇਸੇ ਕਰਕੇ ਕਲਮ ਬੰਦ ਹੋ ਜੇ। ਹਰੀ ਸਿੰਘ ਨਲਵਾ ਸੁਣਦਾ ਇਸ ਗੱਲ ਨੂੰ, ਆਵਾਜ਼ ਮਾਰਦਾ ਕਹਿੰਦਾ ਬਾਨੋ ਇੱਕ ਮਿੰਟ ਉਰਾ ਮੇਰੀ ਗੱਲ ਸੁਣ ਕੇ ਜਾ। ਬਾਨੋ ਵਾਪਸ ਆਉਂਦੀ ਹੈ, ਉਹਨੂੰ ਆਪਣੇ ਤੰਬੂ ਚ ਬਿਠਾ ਕੇ ਬਾਨੋ ਨੂੰ ਕਹਿੰਦੇ ਕਿ ਤੂੰ ਇਹੀ ਚਾਹੁੰਦੀ ਸੀ ਨਾ ਕਿ ਹਰੀ ਸਿੰਘ ਨਲਵੇ ਵਰਗਾ ਤੇਰੇ ਘਰ ਪੁੱਤਰ ਜਨਮ ਲਵੇ। ਬਾਨੋ ਕਹਿੰਦੀ ਹਾਂ। ਹਰੀ ਸਿੰਘ ਨਲਵਾ ਜਿਸ ਚਾਦਰ ਤੇ ਬੈਠ ਕੇ ਰਹਿਰਾ ਸਾਹਿਬ ਦਾ ਪਾਠ ਕਰ ਰਿਹਾ ਸੀ ਉਹ ਚਾਦਰ ਲੈ ਕੇ ਬਾਨੋ ਦੇ ਸਿਰ ਤੇ ਰੱਖਦਾ ਹੈ ਤੇ ਉਹਦੇ ਪੈਰਾਂ ਨੂੰ ਹੱਥ ਲਾ ਕੇ ਕਹਿੰਦਾ ਬਾਨੋ ਅੱਜ ਤੋਂ ਹਰੀ ਸਿੰਘ ਨਲਵਾ ਤੇਰਾ ਪੁੱਤਰ ਤੇ ਤੂੰ ਹਰੀ ਸਿੰਘ ਨਲਵੇ ਦੀ ਮਾਂ। ਉਹ ਗੁਰੂ ਕੇ ਸਿੱਖਾ ਇਹ ਸੀ ਬੰਦੀ ਛੋੜ, ਇਹ ਸਿੰਘ ਸਨ ਬੰਧਨਾਂ ਤੋਂ ਮੁਕਤ ਤੇ ਸਾਰੀ ਉਮਰ ਹਰੀ ਸਿੰਘ ਨਲਵਾ ਉਸ ਬਾਨੋ ਨੂੰ ਮਾਂ ਕਰਕੇ ਪੁਕਾਰਦਾ ਰਿਹਾ। ਬਾਅਦ ਚ ਉਹੀ ਬਾਨੋ ਅੰਮ੍ਰਿਤ ਛਕ ਕੇ ਗੁਰੂ ਸ਼ਰਨ ਕੌਰ ਬਣੀ, ਸਿੱਖਾਂ ਦੀ ਫੌਜ ਵਿੱਚ ਰਹਿ ਕੇ ਤੇ ਅਗਾਂਹ ਕੇ ਲੜੀ। ਸੋ ਮੇਰੇ ਕੋਲ ਸਮਾਂ ਬਹੁਤ ਸੀਮਿਤ ਹੈ। ਗੁਰੂ ਸਵਾਰੇ ਜਿੱਥੇ ਦੀਵੇ ਅਸੀਂ ਬਾਹਰ ਦੇ ਬਾਲਦੇ ਹਾਂ, ਗੁਰ ਕਾ ਸ਼ਬਦ ਕਰ ਦੀਪਕੋ, ਸ਼ਬਦ ਦੀਪਕ ਗਿਆਨ ਸਦਾ ਮਨ ਬਲੀਆ ਜੀਓ। ਸਦਾ ਉਸ ਗੁਰੂ ਦੇ ਗਿਆਨ ਨੂੰ ਮਨ ਵਿੱਚ ਬਾਲਣਾ ਕਰ, ਕਿਉਂ ਦੀਵਾ ਬਲੇ ਅੰਧੇਰਾ ਜਾਏ। ਦੀਵਾ ਬਲੇਗਾ ਤੇ ਮਨ ਦਾ ਅੰਧੇਰਾ ਜਿਹੜਾ ਉਹ ਜਾਏਗਾ। ਮੈਨੂੰ ਦਿੱਤਾ ਹੋਇਆ ਸਮਾਂ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਵੀਰਾਂ ਦਾ, ਪ੍ਰਬੰਧਕ ਵੀਰਾਂ ਦਾ। ਇੰਨੀ ਕੁ ਹਾਜ਼ਰੀ ਦਰਪਨਵਾਨ ਕਰਨੀ, ਬੋਲਦਿਆਂ ਕੋਈ ਉੰਨੀ ਕੀ ਕਰਦੇ ਹਾਂ, ਕਈ ਗਲਤੀਆਂ ਹੋ ਗਈਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਰਦਾਸ ਕਰਨੀ ਅੱਗੇ ਤੋਂ ਸਿਫਤ ਸਲਾਹ ਕਰਨ ਦੀ ਜਾਚ ਆ ਜਾਏ, ਪਤੇ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖ ਦੇ ਕਰੈਕਟਰ ਸੰਬੰਧੀ ਕਿ ਗੁਰਸਿੱਖ ਦਾ ਕਰੈਕਟਰ ਕੈਸਾ ਹੋਣਾ ਚਾਹੀਦਾ ਹੈ, ਆਚਰਣ ਕੈਸਾ ਹੋਣਾ ਚਾਹੀਦਾ ਹੈ, ਉਸ ਆਚਰਣ ਨੂੰ ਬਣਾਉਣ ਵਾਸਤੇ ਜੋ ਸਿੱਖ ਇਤਿਹਾਸ ਵਿੱਚੋਂ ਆਪ ਜੀ ਨਾਲ ਸਾਂਝ ਪਾਈ ਹੈ ਭਾਈ ਹਰਜਿੰਦਰ ਸਿੰਘ ਜੀ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ ਪਰਤੈ ਰੂਪ ਨਾ ਪੇਖਿਆ ਨੇਤਰ। ਸੋ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਆਪ ਜੀ ਨਾਲ ਉਹਨਾਂ ਨੇ ਵਿਚਾਰ ਸਾਂਝੀ ਕੀਤੀ ਹੈ। ਸੋ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਾਨੀ ਜਸਵੰਤ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ, ਜੋ ਸਿੰਘ ਕੌਮ ਦਾ ਚਾਨਣ ਮੁਨਾਰਾ ਨੇ, ਜਿੱਥੋਂ ਸਾਡੀ ਸਿੱਖ ਕੌਮ ਆਨੰਦ ਪ੍ਰਾਪਤ ਕਰਦੀ ਹੈ, ਉੱਥੋਂ ਚੱਲ ਕੇ ਸਾਡੇ ਕੋਲ ਆਏ ਨੇ। ਇਹਨਾਂ ਦੇ ਇੱਥੇ ਪਹੁੰਚਣ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ, ਇਲਾਕਾ ਨਿਵਾਸੀਆਂ ਵੱਲੋਂ ਜਿਉਂਆਂ ਆਖਦੇ ਹਾਂ। ਸੋ ਸਿੰਘ ਸਾਹਿਬ ਜੀ ਆਪ ਜੀ ਨਾਲ 9 ਵਜੇ ਤੱਕ ਕਥਾ ਦੀ ਸਾਂਝ ਪਾਉਣਗੇ। ਸੋ ਮੈਂ ਖਾਸ ਕਰਕੇ ਮਾਤਾਵਾਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਬੱਚਿਆਂ ਦਾ ਥੋੜ੍ਹਾ ਜਿਹਾ ਰੌਲਾ ਜਿਹੜਾ ਹੈ ਨਾ, ਉਹ ਡਿਸਟਰਬੈਂਸ ਕੇਸ ਕ੍ਰੀਏਟ ਕਰ ਰਿਹਾ ਹੈ। ਕਿਰਪਾ ਕਰਕੇ ਬੱਚਿਆਂ ਨੂੰ ਗੋਦੀ 'ਚ ਰੱਖੋ, ਕਥਾ ਦੇ ਸਮੇਂ ਕਿਸੇ ਦੀ ਬਿਰਤੀ ਭੰਗ ਨਾ ਹੋਵੇ, ਇਸ ਚੀਜ਼ ਨੂੰ ਖਿਆਲ ਵਿੱਚ ਰੱਖਿਆ ਜਾਏ। ਜਿੰਨੇ ਵੀ ਬਾਹਰ ਗੁਰਮੁਖ ਪਿਆਰੇ ਇੱਧਰ ਉੱਧਰ ਸੜਕਾਂ 'ਤੇ ਖੜ੍ਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਭਾਈ ਪੰਡਾਲ ਜਾਣ ਕੇ ਬੈਠਣ ਦੀ ਖੇਚਲ ਕਰੋ,
ਉਹ ਸਿੰਘ ਸਾਹਿਬ 9 ਵਜੇ ਤੱਕ ਆਪ ਜੀ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ, ਬ੍ਰਹਿ ਬਾਦਕ ਸਮਰੰਥ ਗੁਣਾ। ਗਾਵੇ ਗੁਣ ਸੇਸ ਸਹਿਸ ਜੇਵਾ ਰਸ, ਆਦ ਅੰਤ ਲਿਵ ਲਾਗ ਤੁਨਾ। ਗਾਵੇ ਗੁਣ ਮਹਾਂਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ, ਕਬ ਕਲ ਸਜਾਸ ਗਾਵੋ ਗੁਰ ਨਾਨਕ। ਰਾਜ ਜੋਗ ਜਿਨ ਮਾਣਿਓ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕੰਕਾਰਾ ਸਤਿਗੁਰੂ, ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਨਾਸਨ ਸੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਸੀਂ ਸੋਹੀ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਦੀ ਪਾਵਨ ਰਸਨਾ ਤੋਂ ਚਾਰ ਇੱਕ ਸ਼ਬਦ ਪੜ੍ਹਦੇ ਹਾਂ। ਜਿਸ ਕੇ ਸਿਰ ਉੱਪਰ ਤੋਂ ਸਵਾਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਤ ਮਾਤਾ, ਬਰਨਾ ਚੀਤ ਨਾ ਵੈ। ਇਹ ਸ਼ਬਦ ਦੀ ਅਖੀਰਲੀ ਪੰਕਤੀ ਹੈ, ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਆਖੀ ਮੇਰੀ। ਇਸ ਪੰਕਤੀ ਦੇ ਅਖਰੀ ਅਰਥ ਨੇ ਕਿ ਨਾ ਮੇਰੇ ਕੋਲ ਗਿਆਨ ਹੈ, ਨਾ ਮੇਰੀ ਕੰਸੈਂਟਰੇਸ਼ਨ ਹੈ, ਪਰ ਗੁਰੂ ਨਾਨਕ ਪਾਤਸ਼ਾਹ ਮੇਰੇ ਗੁਰੂ ਨੇ ਤੇ ਸਾਰਿਆਂ ਤੋਂ ਵੱਡੇ ਨੇ ਜਿਹਨਾਂ ਮੇਰੀ ਪੱਤ ਰੱਖੀ। ਅਖਰੀ ਅਰਥ ਦੇ ਨੇ, ਲੇਕਿਨ ਇਸ ਪੰਕਤੀ ਨੂੰ ਆਪਾਂ ਡੀਪਲੀ ਵਿਚਾਰੀਏ। ਮੇਰੇ ਤੋਂ ਪਹਿਲਾਂ ਕਾਕਾ ਜੀ ਨੇ ਟੂਕ ਮਾਤਰ ਤੁਹਾਡੇ ਨਾਲ ਵਿਚਾਰ ਕੀਤੀ ਹੈ ਕਿ ਦੋ ਤਰ੍ਹਾਂ ਦੇ ਮਤ ਨੇ, ਕਿਰਮਨੀ ਮਤ ਤੇ ਭਾਰਤੀ ਮਤ। ਕਿਰਮਨੀ ਮਤ ਦਾ ਅਰਥ ਹੈ ਕਿ ਉਹ ਮਤ ਜਿਹੜੇ ਪੱਛਮ ਵਿੱਚ ਪੈਦਾ ਹੋਏ, ਜਿਵੇਂ ਈਸਾਈ ਨੇ, ਯਹੂਦੀ ਹਨ, ਪਾਰਸੀ ਨੇ, ਉਹਨਾਂ ਨੂੰ ਕਿਰਮਨੀ ਮਤ ਕਿਹਾ ਗਿਆ। ਜਿਹੜੇ ਭਾਰਤੀ ਮਤ ਨੇ, ਇਹਨਾਂ ਵਿੱਚ ਸਿੱਖ ਧਰਮ ਆਉਂਦਾ, ਹਿੰਦੂ ਧਰਮ ਆਉਂਦਾ ਹੈ। ਅਤੇ ਇਸ਼ਾਰੇ ਮਤ, ਇਹਦਾ ਫਰਕ ਹੈ ਕਿ ਟ੍ਰਾਂਸਮਾਈਗ੍ਰੇਸ਼ਨ ਆਫ ਸੋਲ, ਇਹ ਭਾਰਤੀ ਮਤ ਮੰਨਦੇ ਨੇ, ਅਤੇ ਜਿਹੜੇ ਈਸਾਈ ਜਾਂ ਇਰਮਨੀ ਮਤ ਵਾਲੇ ਨੂੰ ਉਹ ਕਹਿੰਦੇ ਡੂਮ ਚ ਦੇ। ਜੇ ਕੋਈ ਆਪਾਂ ਨੂੰ ਸਿੰਪਲੀ ਅਰਥ ਪੁੱਛੇ ਵੀ ਕੀ ਫਰਕ ਹੈ, ਤੇ ਸਾਡੇ ਭਾਰਤੀ ਮਤਾਂ ਦੇ ਮੁਤਾਬਕ ਟ੍ਰਾਂਸਮਾਈਗ੍ਰੇਸ਼ਨ ਆਫ ਸੋਲ 84 ਦਾ ਗੇੜਾ ਇਹ ਵਿਸ਼ਵਾਸ ਕੀਤਾ ਜਾਂਦਾ ਹੈ, ਤੇ ਇਰਮਨੀ ਮਤ ਵਾਲੇ ਕਹਿੰਦੇ ਨੇ ਵੀ ਇਹ ਰੋਜ਼ੀ ਹਸ਼ਰ ਵਾਲੇ ਦਿਨ ਈਸਾ ਜੀ ਈਸਾਈਆਂ ਦੀ ਸਿਫਾਰਿਸ਼ ਕਰਨਗੇ, ਤੇ ਮੁਸਲਮਾਨ ਭਰਾ ਕਹਿੰਦੇ ਨੇ ਵੀ ਰੋਜ਼ੇ ਕਿਆਮਤ ਦੇ ਮੌਕੇ ਤੇ ਮੁਹੰਮਦ ਸਾਹਿਬ ਸਿਫਾਰਿਸ਼ ਕਰਨਗੇ। ਇਹ ਮੋਟਾ ਫਰਕ ਹੈ। ਆਪਾਂ ਸਿੱਖ ਹੋਣ ਦੇ ਨਾਤੇ ਪੰਕਤੀ ਪੜ੍ਹਦੇ ਹਾਂ, ਸਭ ਤੋਂ ਵੱਡਾ ਸਤਿਗੁਰ ਨਾਨਕ। ਅੱਜ ਦਾ ਜ਼ਮਾਨਾ ਕੱਚੀ ਸ਼ਰਧਾ ਦਾ ਨਹੀਂ। ਆਪਾਂ ਹਰ ਮੌਕੇ ਤੇ ਕਹਿੰਦੇ ਇਹ ਕਿਉਂ ਸਿੱਧ ਕਰਕੇ ਦੱਸੋ। ਤੁਹਾਡੇ ਇਲਾਕੇ ਚ ਈਸਾਈ ਭਰਾ ਬਹੁਤ ਨੇ, ਉਹਨਾਂ ਦਾ ਪ੍ਰਚਾਰ ਹੈ ਵੀ ਤੁਸੀਂ ਈਸਾ ਤੇ ਮਾਨ ਲਿਆਓ,
ईसा जी लोगों के पापा वास्ते चलेगा तुहाडी गल बन जाएगी। ये वो लारा लाते हैं ईसाई प्राकते हैं कि ईसा जी महान ने, मुसलमान कहते हैं कि मुहम्मद साहब महान ने, बोधी भरा कहते हैं कि बुद्ध जी महान ने, जैन मत वाले वीर कहते हैं कि महावीर सब तो महान ने। जो आप निर्णय करना हो ना उदो आप तकड़ी ते पर करनी पेगी, तुलना पेगा। किसी महापुरुष के जीवन को मापना हो तो उसके वास्ते पांच नुकते ने। जिहड़ा उन्हां पंजां नुकतियां विच पूरा हो जाए महान, जिहड़ा पंजां विच फेल हो जाए पास दी। और वह पंज नुकते किहड़े ने? गुरु ग्रंथ साहिब जी पातशाह कहिंदे जिन मिल मारे पंच सूर वीर, ऐसो कौन बली दे, जिन पंच मार बाजार गुजारे सो पूरा एक लीरे। सतगुरु ग्रंथ साहिब जी पातशाह कहिंदे भी जिन्हां पंजां वकारां नूं मारिया है वह पूरा है, पर है कोई एक अद्धा विरला। वह पंज कहिड़े ने? काम, क्रोध, लोभ, मोह ते हंकार। असीं दस गुरु समाना नूं तन गुरु नानक पातशाह ते जामे करके मनते। गुरु दस नहीं, गुरु एक है ते बाकी गुरु दे जामे ने। इहदा कदे गलत अर्थ ना कर लेना कि मैं कडम कीता, कडम नहीं। बाबा लहणा जी गुरु नानक पातशाह की संगत च आउण तो एक बाबा लहणा जी ने पहला, बाबा अमरदास धन गुरु अंगद के सच्चे पातशाह की संगत च आउण तो पहला केवल ते केवल अमरदास ने। ते जदों वो दीवा उस बाबे लहणे के हिरदे के अंदर जागिया तो वह गुरु नानक रूप हो गए। इस गल की पुष्टि आप गुरबाणी च पढ़ते हाँ, जोत रूप हर आप गुरु नानक कहायो, तात अंगद भयो तत् सिंह तत् मिलायो, अंगद कृपा धार अमर सतगुर थिरकियो, अमरदास अमृत शतर गुर रामे दियो, गुर रामदास दर्शन कस कह मथुरा अमृत बैण, मूर्त पंच प्रमाण पुर गुर इजुट खो दैण। के आप आनंद साहब की बाणी पढ़ते हाँ तो आप कहने राम कली महला तीजा आनंद, महला तीजा गुरु नानक पातशाह के तीसरे जामे का प्रतीक है। पर गुरु नानक ने 40 पौड़ियां आनंद साहब दियां, उन्होंने पौड़ियों पढ़ो तो नानक पद मिलेगा, गुरु अमरदास सर्जरी मिलेगा। धन गुरु अंगद के सच्चे पातशाह 63 श्लोक ने गुरु की बाणी के विच, तुहानू नानक पद मिलेगा। सतगुरु तेग बहादुर पातशाह महाराज के 59 श्लोक ते 57 शब्द ने, तुहानू नानक पद मिलेगा, गुरु तेग बहादुर लफ्ज नहीं मिलेगा। कहण तो भाव गुरु नानक पातशाह एक गुरु ने ते बाकी उन्होंने गुरु जामे ने। मैं ये बेनती तां कीती है, खास करके एक होर पॉइंट है, अपने धर्म पढ़ी सानू कंपैरेटिवली दूजिया धर्मों पढ़ना चाहिए। तो जिन्ना चिर पढ़ते नहीं सानू किवें पता लगता साढ़े धर्म की खूबी की है। मैं इस्लाम नू बड़े विशाल रूप पढ़िया है। मुहम्मद साहब 40 साल की उम्र तो पहला एक आम लोग सन, 40 साल तो पहला 40 साल की उम्र के भाईचारे एक नवा रवाज आया चलीसा कटन का, बड़ा रवाज। कोई कहता जी 40 सुनी साहब के किते ने, कोई कहता मैं 40 माला जपदा है, कोई कहता जी फलाने बंदे ने 40 दिन का शराह कटिया। मैं निम्रता साहब बेन